ਮੈਂ ਜੀ ਮੁਖਦੇਵ ਸਿੰਘ ਆਲੋਵਾਲ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ। ਇਹ ਮੇਰੇ ਇਲਾਕੇ ਦੀ ਬੜੀ ਦੇਰ ਤੋਂ ਮੰਗ ਸੀ, ਮੇਰੇ ਸਾਰੇ ਵੀਰ, ਕਿਉਂਕਿ ਇਹ ਸਾਡੇ ਪਿੰਡਾਂ ਦਾ ਰਸਤਾ, ਸਾਡੇ ਸ਼ਹਿਰ ਦਾ ਰਸਤਾ ਆ। ਇਹਨਾਂ ਦੀ ਮੰਗ ਸੀ ਕਿ ਇਹ ਜਿਹੜਾ ਕਚਰਾ ਆ ਇਹਦੇ ਬਾਰੇ ਕਿਸੇ ਦਾ ਵੀ ਕੋਈ ਖਿਆਲ ਨਹੀਂ ਗਾ ਹੈਗਾ, ਔਰ ਅਸੀਂ ਵੀ ਜਦੋਂ ਲੰਘਦੇ ਹਾਂ ਤਾਂ ਇੱਥੇ ਬੜੀ ਦਿੱਕਤ ਆਉਂਦੀ ਹੈ। ਸਮੇਂ ਦੀਆਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਕਾਰਜ ਕਰਨ ਵਾਲੇ ਬੰਦੇ ਥੋੜ੍ਹੇ ਹੀ ਮਿਲਦੇ ਆ। ਸਾਡਾ ਵੱਡਾ ਭਰਾ ਮੁਖਦੇਵ ਸਿੰਘ ਆਲੋਵਾਲ ਕਿਸਾਨ ਵਿੰਗ ਦਾ ਪ੍ਰਧਾਨ ਬਣਿਆ, ਪਹਿਲੇ ਤਾਂ ਇਹਨੂੰ ਦਿਲ ਤੋਂ ਅਤੇ ਗਹਿਰਾਈਏ ਤੋਂ ਮੇਰੇ ਵੱਲੋਂ ਧੰਨਵਾਦੀ ਹਾਂ ਅਤੇ ਵਧਾਈਆਂ ਹੋਣ। ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਆਉਣ ਦੇ ਨਾਲ ਸਾਡੇ ਸ਼ਹਿਰ ਦੇ ਇੱਕ ਰੂਹਾਨੀਅਤ ਦਾ ਚਿਹਰਾ ਮਿਲ ਰਿਹਾ। ਮੈਂ ਜੀ ਮੁਖਦੇਵ ਸਿੰਘ ਆਲੋਵਾਲ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ। ਇਹ ਮੇਰੇ ਇਲਾਕੇ ਦੀ ਬੜੀ ਦੇਰ ਤੋਂ ਮੰਗ ਸੀ, ਮੇਰੇ ਸਾਰੇ ਵੀਰ, ਕਿਉਂਕਿ ਇਹ ਸਾਡੇ ਪਿੰਡਾਂ ਦਾ ਰਸਤਾ, ਸਾਡੇ ਸ਼ਹਿਰ ਦਾ ਰਸਤਾ ਆ। ਇਹਨਾਂ ਦੀ ਮੰਗ ਸੀ ਕਿ ਇਹ ਜਿਹੜਾ ਕਚਰਾ ਆ ਇਹਦੇ ਬਾਰੇ ਕਿਸੇ ਦਾ ਵੀ ਕੋਈ ਖਿਆਲ ਨਹੀਂ ਗਾ ਹੈਗਾ, ਔਰ ਅਸੀਂ ਵੀ ਜਦੋਂ ਲੰਘਦੇ ਹਾਂ ਤਾਂ ਇੱਥੇ ਬੜੀ ਦਿੱਕਤ ਆਉਂਦੀ ਹੈ ਔਰ ਮੁਸ਼ਕ ਆਉਂਦੀ ਹੈ। ਔਰ ਮੈਂ ਵੀ ਆਪਣੇ ਦਿਲ ਦੇ ਵਿੱਚ ਸੋਚਿਆ ਸੀ ਵੀ ਸੱਚੇ ਪਾਤਸ਼ਾਹ ਕੋਈ ਜ਼ਿੰਮੇਵਾਰੀ ਸਾਡੇ ਮੋਢਿਆਂ 'ਤੇ ਦਵੀਂ ਅਤੇ ਅਸੀਂ ਇਹ ਲੋਕਾਂ ਦੀ ਸੇਵਾ ਕਰੀਏ। ਇਹ ਅਸੀਂ ਆਪਣੇ ਵੱਲੋਂ ਹੀ ਨਿੱਜੀ ਤੌਰ ਦੇ ਉੱਤੇ, ਕੋਈ ਸਰਕਾਰੀ ਪ੍ਰਸ਼ਾਸਨ ਵੱਲੋਂ ਨਹੀਂ ਗਾ, ਇਹ ਆਪਣੇ ਵੱਲੋਂ ਹੀ ਸਾਰੇ ਵੀਰਾਂ ਦੇ ਸਹਿਯੋਗ ਵੱਲੋਂ ਇਹ ਹੰਬਲਾ ਮਾਰ ਕੇ ਅਸੀਂ ਇਹ ਫੌਜੀ ਸਾਹਿਬ ਜੀ ਆਏ ਆ ਲੈ ਕੇ ਮਸ਼ੀਨਾਂ ਔਰ ਇਹ ਟਿੱਪਰਾਂ, ਅਤੇ ਅਸੀਂ ਕਚਰਾ ਚੁਕਾ ਰਹੇ ਹਾਂ। ਆਪਣੀ ਸਹੂਲਤ ਨਹੀਂ, ਸਾਰੇ ਇਲਾਕੇ ਦੀ ਸਹੂਲਤ ਵਾਸਤੇ ਇਹ ਕਰ ਰਹੇ ਹਾਂ ਜੀ। ਵੇਖੋ ਜੀ, ਚੰਗੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਕਿ ਜੇ ਤੁਸੀਂ ਚੰਗਾ ਕਰਨਾ ਉਹਦੇ ਵਾਸਤੇ ਫੰਡਾਂ ਦੀ ਜਾਂ ਉਹਨਾਂ ਦੀ ਵੇਟ ਨਹੀਂ ਹੁੰਦੀ। ਪਹਿਲਾਂ ਕੀ ਹੋਇਆ ਉਹਦੇ ਬਾਰੇ ਆਪਾਂ ਨਹੀਂ ਕੁਛ ਕਹਿ ਸਕਦੇ, ਪਰ ਹੁਣ ਜਿਹੜਾ ਇਹਦਾ ਖਿਆਲ ਰੱਖਿਆ ਜਾਊਗਾ ਔਰ ਸਾਰੇ ਵੀਰ ਇਸੇ ਤਰ੍ਹਾਂ ਹੰਬਲਾ ਮਾਰ ਕੇ ਇਹਦਾ ਸਫਾਈ ਦਾ ਜਿਹੜਾ ਇਹ ਖਾਸ ਖਿਆਲ ਰੱਖਣਗੇ। ਮੈਂ ਕਿਹਾ ਜੀ ਇਹ ਨਜ਼ਰਾਂ 'ਚ ਆਉਂਦਾ ਸੀਗਾ ਔਰ ਸਾਰੇ ਇਲਾਕੇ ਵਾਸੀਆਂ ਦੀ ਮੰਗ ਸੀਗੀ, ਔਰ ਉਹ ਤੁਸੀਂ ਸਾਨੂੰ ਦਿਖਾ ਦੇਣਾ। ਵੇਖਿਓ, ਰਹਿੰਦਾ ਕੁਛ ਨਹੀਂ, ਬਸ ਤੁਸੀਂ ਨੋਟ ਕਰਾਈ ਜਾਣਾ। ਇਹ ਕਮਰ ਕੱਸਾ ਹੀ ਕਰ ਲਿਆ ਵੀ ਕੋਈ ਵੀ ਇੱਦਾਂ ਦੀ ਹੁਣ ਪਰੇਸ਼ਾਨੀ ਨਹੀਂ ਆਉਂਦੀ, ਚਾਹੇ ਕੂੜੇ ਨੂੰ ਲੈ ਕੇ, ਚਾਹੇ ਕੋਈ ਬਿਜਲੀ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਆ। ਪਹਿਲਾਂ ਵੀ ਆਹ ਜਿਹੜਾ ਡਡਵਾਂ ਰੋਡ ਆ ਇਹਦੀ ਜਿਹੜੀ ਆਪਣੇ ਰਿਪੇਅਰ ਆ, ਇਹਦੀ ਪੈਚ ਵਰਕਿੰਗ ਦਾ ਜਿਹੜਾ ਕੋਂਟਰੈਕਟ ਸੀਗਾ ਆਪਾਂ 2022 ਦੀ ਦੀਵਾਲੀ ਦੇ ਲਗਭਗ ਨੋਟ ਕਰਾਇਆ ਸੀ ਪ੍ਰਸ਼ਾਸਨ ਨੂੰ ਔਰ ਉਹ ਇਹਨੂੰ ਰਿਪੇਅਰ ਕਰਕੇ ਗਏ ਸੀ। ਇਹ JCB ਹੁਣ ਆਈ ਹੈ ਜੀ ਕੂੜਾ ਚੁੱਕਣ ਵਾਸਤੇ ਔਰ ਟਿੱਪਰਾਂ ਲੱਗ ਚੁੱਕੀਆਂ ਨੇ। ਇਹ ਕੂੜੇ ਦਾ ਢੇਰ ਤੁਸੀਂ ਆਪ ਦੇਖ ਲਓ, ਇਹ ਜੋ ਡਡਵਾਂ ਰੋਡ ਦਾ ਇਹ ਹਾਲ ਹੈ। ਆਹ JCB ਲੱਗ ਚੁੱਕੀ ਹੈ, ਇਹ ਹੌਲੀ ਹੌਲੀ ਇਹ ਸਾਰਾ ਕੰਮ ਹੁਣ ਇਹਨਾਂ ਨਿਬੇੜ ਦੇਣਾ ਆ, ਜਿੰਨੇ ਵੀ ਘੰਟੇ ਲੱਗਣ ਇਹ ਸਫਾਈ ਕਰਕੇ ਜਾਣਗੇ। ਔਰ ਮੈਂ ਅਪੀਲ ਕਰਦਾ ਵਾਂ ਪਿੰਡ ਵਾਸੀਆਂ ਨੂੰ ਵੀ, ਇਲਾਕਾ ਨਿਵਾਸੀਆਂ ਨੂੰ ਵੀ, ਜਿਹੜਾ ਸੜਕ 'ਤੇ ਕੂੜਾ ਸੁੱਟਣ ਦਾ ਜਿਹੜਾ ਗਰੇਜ ਕੀਤਾ ਜਾਏ, ਪਿੰਡ ਦੀ ਪੰਚਾਇਤ ਲਾਗੇ ਕਾਂਗੇ ਆ, ਡਡਵਾਂ ਆ, ਉਹਨਾਂ ਨੂੰ ਵੀ ਬੇਨਤੀ ਆ ਸਰਪੰਚਾਂ ਨੂੰ ਵੀ ਇੱਥੇ ਉਹ ਬਿੰਨ ਲਵਾਏ ਜਾਣ ਅਤੇ ਉਹਦੇ 'ਚ ਕਚਰਾ ਪਾਉਣ ਔਰ ਉਹਨੂੰ ਬਾਅਦ ਕਿਤੇ ਵੀ ਜਿਹੜਾ ਆ ਥਰੋ ਕਰਕੇ ਆਇਆ ਜਾਵੇ। ਮੈਂ ਯੋਗੇਸ਼ ਮਹਾਜਨ, ਧਾਰੀਵਾਲ ਡਡਵਾਂ ਰੋਡ ਦਾ ਵਾਸੀ ਹਾਂ, ਪਿੰਡ ਡਡਵਾਂ ਤੋਂ। ਸਮੇਂ ਦੀਆਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਕਾਰਜ ਕਰਨ ਵਾਲੇ ਬੰਦੇ ਥੋੜ੍ਹੇ ਹੀ ਮਿਲਦੇ ਆ। ਸਾਡਾ ਵੱਡਾ ਭਰਾ ਮੁਖਦੇਵ ਸਿੰਘ ਆਲੋਵਾਲ ਕਿਸਾਨ ਵਿੰਗ ਦਾ ਪ੍ਰਧਾਨ ਬਣਿਆ, ਪਹਿਲੇ ਤਾਂ ਇਹਨੂੰ ਦਿਲ ਤੋਂ ਅਤੇ ਗਹਿਰਾਈਏ ਤੋਂ ਮੇਰੇ ਵੱਲੋਂ ਧੰਨਵਾਦੀ ਹਾਂ ਅਤੇ ਵਧਾਈਆਂ ਹੋਣ। ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਆਉਣ ਦੇ ਨਾਲ ਸਾਡੇ ਸ਼ਹਿਰ ਦੇ ਇੱਕ ਰੂਹਾਨੀਅਤ ਦਾ ਚਿਹਰਾ ਮਿਲ ਰਿਹਾ। ਆ ਤੁਸੀਂ ਵੇਖ ਰਹੇ ਹੋ, ਪਿੱਛੇ ਕਈ ਸਾਲਾਂ ਦਾ ਮੇਰੇ ਵੇਖਦੇ ਵੇਖਦੇ ਇੱਥੇ ਗੰਦਾ ਦੇ ਢੇਰ ਆਉਂਦੇ ਜਾਂਦੇ ਰਹੇ ਆ। ਆਉਣ ਵਾਲੇ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਇਸ ਦੇ ਨਾਲ, ਪਰ ਅੱਜ ਮੇਰੇ ਵੀਰ ਨੇ ਆਉਂਦਿਆਂ ਹੀ ਪਹਿਲਾਂ ਜਿਹੜਾ ਕਾਰਜ ਕੀਤਾ ਇਹ ਸਾਰਾ ਯੋਗ ਆ। ਅਤੇ ਮੈਂ ਉਮੀਦ ਕਰਦਾ ਜਿਵੇਂ ਤੁਸੀਂ ਇੱਕ ਬੜੀ ਵਧੀਆ ਗੱਲ ਕੀਤੀ, ਧਾਰੀਵਾਲ ਸ਼ਮਸ਼ਾਨ ਘਾਟ ਦੇ ਸਾਹਮਣੇ ਗੰਦ ਦਾ ਢੇਰ ਲੱਗਾ, ਮੈਨੂੰ ਪੂਰੀ ਦਿਲ ਦੀ ਗਹਿਰਾਈਆਂ ਤੋਂ ਉਮੀਦ ਆ ਵੀਰ ਤੋਂ ਕਿ ਇਹ ਉਹਦਾ ਵੀ ਹੱਲ ਕਰਕੇ ਹਟੂਗਾ। ਮੈਂ ਉਮੀਦ ਕਰਦਾ ਕਿ ਸਾਰੇ ਡਡਵਾਂ ਵਾਸੀ ਅਤੇ ਕੰਗ ਵਾਸੀ ਬੜੇ ਖੁਸ਼ ਹੋਣਗੇ। ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਨੌਜਵਾਨ ਭਰਾਵਾਂ ਨੂੰ ਅਸੀਂ ਅੱਗੇ ਵਧਾਈਏ ਤਾਂ ਜੋ ਸ਼ਹਿਰਾਂ ਦੇ ਵਿੱਚ ਜਿਹੜਾ ਗੰਦ ਫੈਲ ਰਿਹਾ ਉਹ ਤੋਂ ਦੂਰ ਹੋਣ।
ਮੈਂ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹਾਂਗਾ ਕਿ ਵੇਖੋ ਜੇ ਤੁਸੀਂ ਬਾਹਰ ਸੜਕ 'ਤੇ ਗੰਦ ਸੁੱਟਦੇ ਹੋ ਤਾਂ ਆਪਣੇ ਘਰ 'ਚ ਗੰਦ ਸੁੱਟ ਲਿਆ, ਇਹ 'ਚ ਕੋਈ ਫਰਕ ਨਹੀਂ ਹੈ। ਅਤੇ ਪਿੰਡ ਦੇ ਸਰਪੰਚਾਂ ਨੂੰ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਇੱਕ ਡਸਟਬਿਨ ਦੇ ਨਾਤੇ ਇੱਕ ਲਵਾਉਣ ਪਿੰਡ ਦੇ ਮੁਆਇੰਦੇ ਹੋਣ ਦੇ ਨਾਤੇ, ਅਤੇ ਉਹਦੇ ਵਿੱਚ ਜਿਹੜਾ ਕੱਲ੍ਹ ਨੂੰ ਕੂੜਾ ਕਰਕਟ ਇਕੱਠਾ ਹੁੰਦਾ ਉਹਨੂੰ ਇੱਕ ਜਗ੍ਹਾ 'ਤੇ ਸੁੱਟ ਕੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤੇ ਸਾਡਾ ਤੇ ਤਕਰੀਬਨ ਇਹਨਾਂ ਤੇ ਗੁਆਂਢ ਹੀ ਆ, ਰੂੜੀ ਤੇ ਗੁਆਂਢ ਸਾਡੀ ਦੁਕਾਨ ਵਾ। ਅਸੀਂ ਤੇ ਤਾਂ ਇੰਨੇ ਪਰੇਸ਼ਾਨ ਆ ਵੀ ਪਰੇਸ਼ਾਨ ਦੇ ਹੋਣ ਬਾਵਜੂਦ ਆਪਾਂ ਨਾ ਕੰਧ ਕਢਾਈ ਆ ਪਿਛਲੇ ਪਾਸੇ ਵੀ ਰੂੜੀ ਸਾਡੀ ਦੁਕਾਨ ਦੇ ਅੰਦਰ ਨਾ ਆਵੇ, ਪਰ ਫਿਰ ਵੀ ਜਿਹੜੇ ਲੋਕ ਵਾ ਨਾ ਰਾਤ ਬਰਾਤੇ ਨਾ ਕੂੜੇ ਦੇ ਢੇਰ ਜਿਹੜੇ ਸਾਡੀ ਦੁਕਾਨ ਅੱਗੇ ਵੀ ਸੁੱਟ ਜਾਂਦੇ ਨੇ, ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ। ਅਤੇ ਪਰ ਅਸੀਂ ਹੁਣ ਇਹਨਾਂ ਦੇ ਅਤਿ ਧੰਨਵਾਦੀ ਹਾਂ ਕਿਸਾਨ ਵਿੰਗ ਭਾਈ ਹੋਣਾਂ ਦੇ, ਭਾਈ ਮੁਖਤਾਰ ਸਿੰਘ, ਮੁਖਤਿਆਰ ਸਿੰਘ, ਦੇਵ ਸਿੰਘ ਆਲੂਵਾਲ ਜੀ ਦੇ, ਅਸੀਂ ਇਹਨਾਂ ਦੇ ਯਾਨੀ ਕਿ ਅਤਿ ਧੰਨਵਾਦੀ ਹਾਂ। ਸਰਦਾਰ ਮੁਖਦੇਵ ਸਿੰਘ ਜਿਹੜੇ ਕਿਸਾਨ ਵਿੰਗ ਦੇ ਆਲੂਵਾਲ ਦੇ ਜ਼ਿਲ੍ਹਾ ਪ੍ਰਧਾਨ ਬਣੇ ਨੇ, ਅਤੇ ਉਹਨਾਂ ਦੀ ਨਜ਼ਰ, ਕਿਉਂਕਿ ਉਹਨਾਂ ਦਾ ਵੀ ਪਿੰਡ ਗਾੜੀਹਰ ਆਲੂਵਾਲ 'ਚ ਉਹਨਾਂ ਦੀ ਨਜ਼ਰ 'ਚ ਰਹਿੰਦਾ ਸੀ, ਅਤੇ ਪਰ ਉਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਵਾ, ਇਹ ਸ਼ਲਾਘਾਯੋਗ ਕਦਮ ਵਾ। ਵੈਸੇ ਤਾਂ ਹਰ ਇੱਕ ਨੂੰ ਕਰਨਾ ਚਾਹੀਦਾ ਵਾ, ਪਰ ਕਿਸੇ ਦੇ ਜਿੰਨਾ ਵੀ ਅੰਦਰ ਮਤਲਬ ਵੀ ਭਾਵਨਾ ਨਹੀਂ ਜਾਗਦੀ, ਜਦੋਂ ਭਾਵਨਾ ਜਾਗਦੀ ਹੈ ਤਾਂ ਇਹ ਕੰਮ ਹਰ ਇੱਕ ਨੂੰ ਬੰਦੇ ਨੂੰ ਕਰਨੇ ਚਾਹੀਦੇ ਨੇ, ਪਰ ਅਸੀਂ ਇਹ ਤੋਂ ਬਹੁਤ ਹੀ ਜ਼ਿਆਦਾ ਖੁਸ਼ ਵਾਂ। ਇਹ ਸਾਡਾ ਜਿਹੜਾ ਜਿੰਨੇ ਸਾਡੇ ਸਾਡੇ ਸਰਪੰਚ ਸਾਹਿਬ ਵੀ ਲਾ ਲਓ ਐਵਲੇ ਡੜਵਾਂ ਦੇ ਆਉਣ ਵਾਲੇ, ਅਤੇ ਇੱਧਰ ਸਾਡੇ ਮਾਨ ਸਾਹਿਬ ਨੇ ਇਲੈਕਟਰੋਨ, ਇਹਨਾਂ ਨੂੰ ਵੀ ਬੜੀ ਖੁਸ਼ੀ ਹੈ ਇਸ ਗੱਲ ਦੀ, ਅਤੇ ਕਰਕੇ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹਾਂਜੀ, ਵਾਹਿਗੁਰੂ।